तैयार करेंगे। हाँ जी, तुहाडा इत्थे की ड्यूटी है गैस एजेंसी? साडी इत्थे कंप्यूटर दी ड्यूटी है जी इस गैस एजेंसी दे विच। असीं कंप्यूटर दे काम करदे आ, जदों कोई कस्टमर आउंदा तुहानूं हैंडल करना हुंदा जी। ठीक है। हाँ जी, ते तुहाडे कोले रोजाना जिहड़ा डेली पहला किन्ने सिलेंडर आउंदे सीगे? साडी पहला रोजाना दी सेल रेट वधण तों पहलां तां उहदी रोजाना दी सेल साडी कोई पौने 400-400 सीगी, पर रेट वधण तों बाद साडी 15-20% जिहड़ी डिलीवरी आ साडी रूई दी सेल आ उह घटी हुई है, हुण 300-300 तक रहि जांदी। ਉਹਦਾ ਕਾਰਨ ਤੁਸੀਂ ਇਹੀ ਮੰਨਦੇ ਆ ਕਿ ਮਹਿੰਗਾ ਸਿਲੰਡਰ ਹੋਣ ਕਰਕੇ ਲੋਕ ਨਹੀਂ ਖਰੀਦ ਰਹੇ? ਹਾਂਜੀ, ਇਹ ਕਾਰਨ ਵੀ ਮੰਨਿਆ ਜਾ ਸਕਦਾ ਕਿਉਂਕਿ ਜਿਹੜੀ ਆਮ ਜਨਤਾ ਉਹਨਾਂ ਦੀ ਇੰਨੀ ਇਨਕਮ ਹੈ ਨਹੀਂ ਗੀ, ਅਤੇ ਇਸ ਕਰਕੇ ਉਹ ਜ਼ਿਆਦਾਤਰ ਫਿਰ ਨਹੀਂ ਅਫੋਰਡ ਕਰ ਪਾਉਂਦੇ ਇੰਨਾ ਮਹਿੰਗਾ ਗੈਸ, ਤਾਂ ਕਰਕੇ ਫਿਰ ਉਹ ਲੋਕ ਕਈ ਗੋਬਰ ਗੈਸ ਯੂਜ ਕਰ ਰਹੇ ਆ, ਅਤੇ ਜਾਂ ਫਿਰ ਲੋਕ ਜਿਹੜੇ ਉਹ ਜ਼ਿਆਦਾਤਰ ਬਾਲਣ ਦੀ ਵਰਤੋਂ ਕਰਦੇ ਆ। ਜ਼ਿਆਦਾ ਰੇਟ ਮਹਿੰਗਾਈ ਦੇ ਕਾਰਨ ਹੀ ਸਾਡੀ ਜਿਹੜੀ ਸੇਲ ਆ ਉਹ ਘਟੀ ਹੋਈ ਹੈ। ਅਤੇ ਤੁਸੀਂ ਸਰਕਾਰ ਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਕਿ ਇਹ ਰੇਟ ਜਿਹੜੇ ਘਟਾਉਣੇ ਚਾਹੀਦੇ ਆ? ਸਰਕਾਰ ਨੂੰ ਸਾਡੀ ਇਹੀ ਸਲਾਹ ਵਾ ਕਿ ਰੇਟ ਵੀ ਘਟਣੇ ਚਾਹੀਦੇ ਆ ਔਰ ਸਬਸਿਡੀ ਵੀ ਦੇਣੀ ਚਾਹੀਦੀ ਆ। ਇੱਕ ਤਾਂ ਸਿਲੰਡਰ ਆ ਜਿਹੜਾ ਉਹ ਮਹਿੰਗਾ ਕੀਤਾ ਹੋਇਆ, ਔਰ ਇੱਕ ਜਿਹੜੀ ਸਬਸਿਡੀ ਉਹ ਵੀ ਜਮ੍ਹਾਂ ਖਤਮ ਕੀਤੀ ਹੋਈ ਹੈ, ਕਿਉਂਕਿ ਜੇ ਸਬਸਿਡੀ ਵੀ ਆਉਂਦੀ ਹੋਵੇ ਤਾਂ ਜਨਤਾ ਨੂੰ ਵੀ ਚੱਲ ਇੱਦਾਂ ਹੁੰਦਾ ਕਿ ਚੱਲ ਕੋਈ ਪੈਸੇ ਆ ਰਹੇ ਆ ਉਹਦੇ ਤੋਂ ਵੀ ਸਿਲੰਡਰ ਭਰਾਇਆ ਜਾ ਸਕਦਾ। ਸਬਸਿਡੀ ਵੀ ਖਤਮ ਕੀਤੀ ਹੋਈ ਆ ਔਰ ਸਿਲੰਡਰ ਦਾ ਰੇਟ ਵੀ ਮਹਿੰਗਾ ਕੀਤਾ ਹੋਇਆ। ਸਿਲੰਡਰ ਦਾ ਰੇਟ ਆ ਜਿਹੜਾ ਉਹ ਹਰ ਇੱਕ ਵਿਅਕਤੀ ਦੇ ਬਜਟ ਵਿੱਚ ਹੀ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਅਤੇ ਇਹਦੇ ਨਾਲ ਏਜੰਸੀਆਂ ਨੂੰ ਵੀ ਘਾਟਾ ਪੈ ਰਿਹਾ? ਹਾਂਜੀ, ਏਜੰਸੀ ਨੂੰ ਬਹੁਤ ਘਾਟਾ ਪੈ ਰਿਹਾ, ਕਿਉਂਕਿ ਏਜੰਸੀਆਂ ਦੇ ਜਿਹੜੇ ਜਿਵੇਂ ਟੈਕਸ ਵਗੈਰਾ ਹੋ ਗਏ ਜਾਂ ਹੋਰ ਬਹੁਤ ਸਾਰੇ ਖਰਚੇ ਹੁੰਦੇ ਆ, ਫਿਰ ਉਹ ਵੀ ਹੁੰਦੇ ਆ, ਅਤੇ ਜਦੋਂ ਸੇਲ ਬਹੁਤ ਜ਼ਿਆਦਾ ਘੱਟ ਰਹੀ ਆ ਤਾਂ ਫਿਰ ਉਹ ਖਰਚੇ ਕੱਢਣੇ ਵੀ ਮੁਸ਼ਕਲ ਹੋ ਜਾਂਦੇ। ਬਿਲਕੁਲ ਬਿਲਕੁਲ, ਮਿਹਰਬਾਨੀ ਜੀ ਤੁਹਾਡੀ। ਓਕੇ ਜੀ, ਧੰਨਵਾਦ। ਤੁਸੀਂ ਸਾਰੀ ਗੱਲਬਾਤ ਤੋਂ ਇਹ ਜਾਣ ਹੀ ਲਿਆ ਕਿ ਕਿਸ ਤਰ੍ਹਾਂ ਸਰਕਾਰ ਨੇ ਪਹਿਲਾਂ ਹੌਲੀ ਹੌਲੀ ਜਿਹੜੀ ਸਿਲੰਡਰਾਂ ਦੀ ਸਬਸਿਡੀ ਘਟਾਈ ਅਤੇ ਰੇਟ ਹੌਲੀ ਹੌਲੀ ਵਧਾਏ, ਅਤੇ ਅੱਜ ਸਿਲੰਡਰ ਜਿਹੜਾ ਵੱਧ ਕੇ 937.50 ਰੁਪਏ ਦਾ ਹੋ ਗਿਆ, ਜਿਹੜਾ ਕਿ ਆਮ ਜਿਹੜਾ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ, ਅਤੇ ਲੋਕਾਂ ਨੂੰ ਉਸ ਪੁਰਾਣੇ ਯੁੱਗ ਵੱਲ ਚੁੱਲ੍ਹੇ ਬਾਲਣ ਅਤੇ ਤੰਦੂਰ ਤਪਾਉਣ ਵੱਲ ਫਿਰ ਪਰਤਣਾ ਪੈ ਰਿਹਾ ਹੈ। ਇਹ ਸਾਰੀ ਜਿਹੜੀ ਮਿਹਰਬਾਨੀ ਸਾਡੀ ਭਾਜਪਾ ਸਰਕਾਰ ਮੋਦੀ ਸਰਕਾਰ ਦੀ ਹੈ, ਜਿਹਨੇ ਲੋਕਾਂ ਨੂੰ ਨਵੇਂ ਯੁੱਗ 'ਚ ਲਿਜਾਣ ਦੀ ਥਾਂ ਪੁਰਾਣੇ ਯੁੱਗ ਵੱਲ ਪਰਤਣ ਲਈ ਮਜਬੂਰ ਕਰ ਦਿੱਤਾ ਹੈ। ਲੋਕ ਗਰੀਬ ਲੋਕ ਬਾਲਣ ਇਕੱਠਾ ਕਰਕੇ ਆ ਸ਼ਾਮ ਤੱਕ ਜਿਹੜਾ ਆਪਦੀਆਂ 4 ਰੋਟੀਆਂ ਪਕਾਉਂਦੇ ਆ, ਅਤੇ ਗੈਸ ਵਾਲੇ ਸਿਲੰਡਰ ਉਹਨਾਂ ਦੇ ਘਰਾਂ ਵਿੱਚ ਖਾਲੀ ਪਏ ਆ ਜਿਹੜੇ ਸਰਕਾਰ ਨੇ ਉਹਨਾਂ ਨੂੰ ਫਰੀ ਦਿੱਤੇ ਸੀਗੇ, ਅਤੇ ਅੱਜ ਉਹ ਜਿਹੜਾ ਉਹਨਾਂ ਦੇ ਘਰਾਂ ਵਿੱਚ ਰੁਲਦੇ ਪਏ ਆ, ਜਵਾਕ ਉਹਨਾਂ ਨਾਲ ਖੇਡਦੇ ਆ। ਅੱਜ ਦੇ ਹਾਲਾਤ ਇਹ ਨੇ।